ਅੱਜ ਕੱਲ ਜਿਹੜੇ ਨੌਜਵਾਨਾਂ ਨੂੰ ਸ਼ੌਕ ਚੜਿਆ ਕਿ ਬੱਕਰੀਆਂ ਪਾਲੀਏ ਪੈਸੇ ਕਮਾਈਏ ਉਹਨਾਂ ਨੂੰ ਤੁਹਾਡਾ ਕੀ ਕੋਈ ਪੈਗਾਮ ਹੈ ਕੀ ਕਰਨ ਨਹੀਂ ਸਹੀ ਜੇ ਗੱਲ ਜੇ ਕਰਨਾ ਤਾਂ ਨਹੀਂ ਤੇ ਨਾਲ ਕਰਨਾ ਮਾਰੇ ਆ ਬੱਕਰੀਆਂ ਕਿਤੇ ਹੁਣ ਤੇ ਆਪੀ ਸੇਕਟ ਲਾ ਕੇ ਕਿਤੇ ਹੁਣ ਬੜੇ ਰਹੇ ਕਿਸ ਲਿਹਾਜ਼ ਨਾਲ ਤੁਸੀਂ ਇਹ ਕੰਮ ਨੂੰ ਚੰਗਾ ਕਹਿੰਦੇ ਹੋ ਇਹੀ ਚੰਗੇ ਇੱਕ ਨਵੀਂ ਪਾਕ ਦੀ ਸੁਣਤ ਇੱਕ ਨਾ ਬੰਦਾ ਮਾੜਾ ਹੋਵੇ ਨਾ ਤੇ ਨੀਚ ਨਾਲ ਇਹਨਾਂ ਨੂੰ ਚਾਰੇ ਤੇ ਭੁੱਖਾ ਨਹੀਂ ਮਰਦਾ ਬੰਦਾ ਜੇ ਪਰੋਂ ਵੇਚੇ ਹਨ 8 ਲੈ ਲੈ ਤੇ 3 ਲੱਖ ਨੱਪੇ ਦੇ ਮਾਸ਼ਾ ਅੱਲਾ ਅਸਲਾਮ ਅਲੈਕਮ ਯੂਜ਼ ਮੈਂ ਅਹਿਮਦੁੱਲਾ ਅੱਲਾ ਕੇ ਫਲੋ ਕਰਨ ਸੇ ਅੱਜ ਕੱਲ੍ਹ ਲੋਕ ਕਰਤੇ ਹੈ ਸ਼ੁਰੂ ਵੋ ਆਪ ਦੇਖ ਸਕਦੇ ਹਾਂ ਵੋ ਬਜ਼ੁਰਗ ਆਜ ਉਨਕਾ ਇੰਟਰਵਿਊ ਕਰਨਾ ਹੈ ਤੋ ਆਏ ਕਰਤੇ ਹੈ ਬਹੁਤ ਹੀ ਖੂਬਸੂਰਤ ਬੱਕਰੀਆਂ ਸਿਆਲਕੋਟ ਦੀ ਦੇਸੀ ਬੱਕਰੀ ਹੈ ਬੜੇ ਆਰਾਮ ਸੇ ਚਾਹਾ ਰਹੀ ਹੈ अस्सलाम वालेकुम वालेकुम सलाम अंकल जी की हाल है जनाब दा की नाम है मंजूर साहब मंजूर साहब इलाका केड़ा जे इलाका है अपना सियालकोट सर तुसी किन्ने अरसे तू बकरियां दा काम करदे हो पे ऐसी ते हो गए एक तीसरी पीढ़ी चार दिन दा हो गए ने 50-60 साल चार दिन माशाल्लाह यानी के बकरियां दे मुतलक तुहाडा चोखा ही तजुर्बा है ए दसो तुहाडा सर 50 साल दा तजुर्बा कैसा रिहा है ए काम कैसा है बिल्कुल चंगा ਬਿਲਕੁਲ ਸੱਚ ਕਿਸ ਲਿਹਾਜ਼ ਨਾਲ ਤੁਸੀਂ ਇਹ ਕੰਮ ਨੂੰ ਚੰਗਾ ਕਹਿੰਦੇ ਹੋ ਇਹੀ ਚੰਗੇ ਇੱਕ ਨਵੀਂ ਪਾਕ ਦੀ ਸੁਣਤ ਇੱਕ ਨਾ ਬੰਦਾ ਮਾੜਾ ਹੋਵੇ ਨਾ ਤੇ ਨੀਚ ਨਾਲ ਇਹਨਾਂ ਨੂੰ ਚਾਰੇ ਤੇ ਭੁੱਖਾ ਨਹੀਂ ਮਰਦਾ ਬੰਦਾ ਇਨਸ਼ਾ ਅੱਲਾਹ ਅੱਲਾਹ ਰੋਜ਼ੀ ਦੇਣ ਵਾਲਾ ਮਾਸ਼ਾ ਅੱਲਾਹ ਸਰ ਬੜੀ ਸੋਹਣੀ ਗੱਲ ਕੀਤੀ ਜੇ ਤੇ ਕਿੰਨੀ ਕੁ ਰੋਜ਼ੀ ਇਹਦੇ ਚੋਂ ਮਿਲ ਜਾਂਦੀ ਹੈ ਸਾਲ ਦੀ ਇੰਨੇ ਕੁ ਅਗਰ ਜਾਨਵਰ ਰੱਖੇ ਹੋਣ ਤੇ ਅਸੀਂ ਤੇ ਪਰੋਂ ਵੇਚੇ ਹਨ 8 ਲੈ ਲੈ ਤੇ 3 ਲੱਖ ਨੱਪੇ ਦੇ ਮਾਸ਼ਾ ਅੱਲਾਹ ਤੇ ਉਹ ਜਿਹੜੇ ਤੁਸੀਂ 8 ਲੈ ਲੈ ਇਹ ਸੇਲ ਕੀਤੇ ਹਨ ਉਹ ਆਪਣੇ ਘਰ ਤੋਂ ਹੀ ਤਿਆਰ ਕੀਤੇ ਹਨ बकरिया ਕੀ ਵਜ੍ਹਾ ਸਾਡੇ ਇਲਾਕਾ ਜਿਹੜਾ ਸਿਆਲਕੋਟ ਦਾ ਜ਼ਿਆਦਾਤਰ ਜਿਹੜੇ ਸਾਡੇ ਗੋਟ ਫਾਰਮਰ ਨੇ ਉਹ ਦੇਸੀ ਸਿਆਲਕੋਟੀ ਨਸਲ ਹੀ ਰੱਖਦੇ ਨੇ ਇਹ ਨਸਲ ਨੂੰ ਕੋਈ ਚੰਗੀ ਤਰ੍ਹਾਂ ਸਾਡੇ ਨਾਜ਼ਰੀਨ ਨੂੰ ਦੱਸੋ ਨਾ ਦੀ ਕੀ ਖੂਬੀ ਹੈ ਕੀ ਇਹਦੀ ਖਸੂਸੀਅਤ ਹੈ ਜਿਹੜਾ ਇਹ ਰੰਗ ਹੈ ਨਾ ਇਹ ਰੰਗ ਦੂਸਰੇ ਕਾਲਿਆਂ ਡੱਬਿਆਂ ਨਾਲੋਂ ਵੀ ਦੂਸਰੇ ਨਾਲੋਂ ਇਹਨਾਂ ਦਾ 1000-2000 ਲੈ ਲਿਆਂ ਦਾ ਵੱਧ ਹੁੰਦਾ ਇੱਕ ਖੂਬੀ ਆ ਹੋ ਗਈ ਕਿ ਇਹ ਜਿਹੜਾ ਰੰਗ ਹੈ ਉਹਦੀ ਕੀਮਤ ਜ਼ਿਆਦਾ ਲੱਗਦੀ ਹੈ ਹੋਰ ਇਹਦੀ ਕੀ ਖੂਬੀ ਜੇ ਹੋਰ ਖੂਬੀ ਹੈ माशाल्लाह बुजुर्गो तुसी बड़ियां कीमती गल्लां दसदे हो पे अजकल जिहड़े नौजवानां नूं शौक चढ़िया कि बकरियां पालीए पैसे कमाईए उहनां नूं तुहाडा की कोई पैगाम है की करन नहीं सही जे गल जे करना तां नहीं तां नाल करना मारे आ बकरियां किते हुण ते आप ही सेकट लाए किते हुण बड़े रहे यार सही है गल